ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਇੱਕ ਅਜਿਹੀ ਸ਼ਖਸੀਅਤ ਜਿਹਨੂੰ ਪੰਜਾਬ ਦਾ ਇੰਸਟੀਟਿਊਟ ਵੀ ਕਿਹਾ ਜਾਂਦਾ ਸੀ, ਉਹ ਦੁਨੀਆਂ ਤੋਂ ਰੁਖਸਤ ਹੋ ਗਏ ਜੀ, ਲੰਬੀ ਪਾਰੀ ਖੇਡ ਕੇ ਗਏ ਜੀ, ਔਰ ਉਹਨਾਂ ਦੀਆਂ ਨਾਂ ਨਾਲ ਕਈ ਚੀਜ਼ਾਂ ਜੁੜੀਆਂ ਹੋਈਆਂ ਨੇ। ਕਿਸਾਨੀ ਉਹਨਾਂ ਦੇ ਨਾਲ ਜੁੜੀ ਹੋਈ ਆ, ਆਪਸੀ ਭਾਈਚਾਰਾ ਉਹਨਾਂ ਨਾਲ ਜੁੜਿਆ ਹੋਇਆ, ਪੇਂਡੂ ਡਿਵੈਲਪਮੈਂਟ ਉਹਨਾਂ ਨਾਲ ਜੁੜੀ ਹੋਈ ਆ। ਔਰ ਮੈਂ ਉਹਨਾਂ ਦੀ ਦੋ ਚੀਜ਼ਾਂ ਤੋਂ ਜ਼ਿੰਦਗੀ 'ਚ ਪ੍ਰਭਾਵਿਤ ਸੀ, ਅੱਤ ਦਾ ਮਿਹਨਤੀ ਸੀ ਅਤੇ ਸਹਿਨਸ਼ੀਲਤਾ ਬਹੁਤ, ਸਲੀਕਾ ਬਹੁਤ। ਇੱਕ ਅੱਛੇ ਬੰਦੇ ਤੋਂ ਅੱਜ ਪੰਜਾਬ ਬਣਿਆ। ਤੁਹਾਡੇ ਨਾਲ ਕੋਈ ਅਜਿਹਾ ਕਿੱਸਾ, ਕੋਈ ਤੁਸੀਂ ਬਥੇਰਾ ਲੰਬਾ? ਮੈਂ 15 ਸਾਲ ਉਹਨਾਂ ਨਾਲ ਰਿਹਾ। ਮੈਂ 1975 ਤੋਂ ਲੈ ਕੇ 1990 ਤੱਕ 15 ਸਾਲ ਉਹਦੇ ਨਾਲ ਰਿਹਾ। ਮੈਂ ਉਦੋਂ ਬਹੁਤ ਕਾਲਜ 'ਚੋਂ ਹਟ ਕੇ ਆਇਆ ਸੀ ਯੰਗ, ਮੇਰੇ ਕੋਲ ਅੱਜ ਤਸਵੀਰਾਂ ਵੀ ਉਹਨਾਂ ਦੀਆਂ ਹੈਗੀਆਂ ਜਿਹੜੀਆਂ 1975 ਦੀਆਂ, ਉਹ ਮੈਨੂੰ ਹਰ ਪਾ ਰਹੇ ਨੇ। ਮੈਂ ਸਿਆਸਤ 'ਚ ਤੁਹਾਡੇ ਵਰਗੇ ਬਹੁਤ ਸਾਰੇ ਚਿਹਰੇ ਲੈ ਕੇ ਆਏ, ਜਿਨ੍ਹਾਂ ਦਾ ਸਿਆਸੀ ਕਰੀਅਰ ਬਣਾਇਆ, ਵਿਧਾਇਕ ਬਣਾਇਆ, ਬਹੁਤ ਅੱਗੇ ਤੱਕ ਲੈ ਗਏ। ਮੈਂ ਤਾਂ ਕਾਲਜ ਪਿੰਡ ਦਾ ਸਰਪੰਚ ਬਣ ਗਿਆ ਸੀ, ਕਾਲਜੋਂ ਮੈਂ ਪੜ੍ਹਦਾ ਬਲਾਕ ਸਮਿਤੀ ਦਾ ਚੇਅਰਮੈਨ ਬਣਿਆ ਸੀ। ਅੱਛਾ ਬੰਦਾ ਸੀ, ਬੜਾ ਹੰਬਲ ਸੀ, ਉਹਦੀ ਕੋਈ ਗੱਲ ਕਿਸੇ ਨੂੰ ਚੁੱਭਦੀ ਨਹੀਂ। ਪੋਲੀਟੀਸ਼ਨ ਜ਼ਰੂਰ ਉਹ ਠਿੱਬੀਆਂ ਵੀ ਲਾਉਂਦੇ ਰਹੇ, ਸਭ ਕੁਝ ਕਰਦੇ ਰਹੇ, ਪਰ ਉਹਦੀ ਗੱਲ ਕਿਸੇ ਨੂੰ ਚੁੱਭਦੀ ਨਹੀਂ। ਉਹ ਐਸਾ ਪੋਲੀਟੀਸ਼ਨ ਸੀ। ਅੱਜ ਪੋਲੀਟੀਸ਼ਨ ਨਿੱਕੀ ਨਿੱਕੀਆਂ ਗੱਲਾਂ 'ਤੇ ਇਰੀਟੇਟ ਹੁੰਦੇ ਆ, ਗਲਤ ਭਾਸ਼ਾ ਬੋਲਦੇ ਆ, ਮੁੜ ਕੇ ਚੁੱਭਦੀ ਰਹਿੰਦੀ ਆ, ਉਹਦੀ ਗੱਲ ਪੰਜਾਬ 'ਚ ਕਿਸੇ ਵਿਰੋਧੀ ਨੂੰ ਵੀ ਨਹੀਂ ਚੁੱਭਦੀ। ਸਰਦਾਰ ਸੁੱਚਾ ਸਿੰਘ ਛੋਟੇਪੁਰ ਆਪਣੇ ਯਾਦ ਕਰ ਰਹੇ ਨੇ, ਚੀਜ਼ਾਂ ਸਾਂਝੀਆਂ ਕਰ ਰਹੇ ਨੇ, ਵੱਖ ਵੱਖ ਸਿਆਸੀ ਲੀਡਰ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ, ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ, ਕਿਉਂਕਿ ਇਹ ਉਹੀ ਪਿੰਡ ਹੈ ਜਿੱਥੋਂ ਪੰਜਾਬ ਦੀ ਸੱਤਾ ਚੱਲੀ ਹੈ, ਇਹ ਉਹੀ ਪਿੰਡ ਹੈ ਜਿੱਥੇ ਪਾਸ਼ ਅਤੇ ਦਾਸ ਦੀ ਜੋੜੀ ਬਹੁਤ ਜ਼ਬਰਦਸਤ ਜਿਹੜੀ ਆ ਪੰਜਾਬ ਦੀ ਸਿਆਸਤ 'ਚ ਰਹੀ। ਐਮਰਜੈਂਸੀ ਦੇ ਦੌਰ ਦੇ ਵਿੱਚ ਜੇਲ੍ਹਾਂ ਵੀ ਕੱਟੀਆਂ, ਲੇਕਿਨ ਇਸ ਪਿੰਡ ਦੇ ਨਾਲ ਨਾਤਾ ਉਹਨਾਂ ਦਾ ਸ਼ੁਰੂ ਤੋਂ ਹੀ ਜਿਹੜਾ ਵੈ ਉਹ ਬਣਿਆ ਰਿਹਾ। ਔਰ ਇਸੇ ਪਿੰਡ ਦੇ ਬਾਦਲ ਪਿੰਡ ਦੇ, ਯਾਨੀ ਕਿ ਇਸੇ ਪਿੰਡ ਦੇ ਜਿਹੜੇ ਲੋਕ ਜਦੋਂ ਚੰਡੀਗੜ੍ਹ ਪਹੁੰਚਦੇ ਸੀ, ਵਿਧਾਨ ਸਭਾ ਪਹੁੰਚਦੇ ਸੀ, ਬੜੇ ਮਾਣ ਨਾਲ ਮਹਿਸੂਸ ਕਰਦੇ ਸੀ ਕਿ ਅਸੀਂ ਬਾਦਲ ਪਿੰਡ ਤੋਂ ਆਏ ਹਾਂ ਔਰ ਕਦੀ ਉਹਨਾਂ ਦਾ ਕੋਈ ਕੰਮ ਨਹੀਂ ਰੁਕਦਾ ਸੀ। ਔਰ ਇਸੇ ਜਗ੍ਹਾ ਦੇ ਉੱਤੇ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਚਲਾਈ, ਅਫਸਰ ਬਹੁਤ ਸਾਰੇ ਜਿਹੜੇ ਨੇ ਉਹ ਇੱਥੇ ਜਿਹੜੇ ਨੇ ਪਹੁੰਚਦੇ ਸੀ ਜਦੋਂ ਮੁੱਖ ਮੰਤਰੀ ਰਹੇ ਨੇ, 5 ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਨੇ। ਔਰ ਜਿਸ ਤਰੀਕੇ ਦੇ ਨਾਲ, ਕਿਉਂਕਿ ਪੂਰੇ ਸਿਆਸੀ ਕਰੀਅਰ ਦੇ ਵਿੱਚ 2 ਵਾਰ ਉਹਨਾਂ ਨੂੰ ਹਾਰ ਜਿਹੜੀ ਹੈ ਉਹ ਚੱਲਣੀ ਪਈ ਹੈ। 2022 'ਚ ਚੋਣ ਜ਼ਰੂਰ ਹਾਰ ਗਏ ਸੀ, 2022 'ਚ NDA ਸਭ ਤੋਂ ਪੁਰਾਣਾ ਅਲਾਇੰਸ ਪਾਰਟਨਰ ਸੀ, ਉਹ ਭਾਜਪਾ ਦੇ ਨਾਲ NDA ਦਾ ਟੁੱਟ ਗਿਆ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਵੱਖਰੇ ਹੋਏ। ਔਰ ਨੈਨਸਲ ਮੰਡੇਲਾ ਦੇ ਤੌਰ 'ਤੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਾਣਿਆ ਜਾਂਦਾ ਸੀ, ਫਕਰੇ ਕੌਮ। ਇਹ ਟਰੈਕਟਰ ਦੇ ਉੱਤੇ ਅੱਜ ਜਿਹੜਾ ਵੈ ਉਹ ਤਸਵੀਰ ਵੀ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਕਿਉਂਕਿ ਅਜਿਹੀ ਸ਼ਖਸੀਅਤ ਜਿਸ ਨੂੰ ਪੰਜਾਬ ਦੀ ਸਿਆਸਤ ਦਾ ਬਾਬਾ ਬੋਰਡ, ਪੰਜਾਬ ਦਾ ਸਿਆਸਤ ਦਾ ਇੰਸਟੀਟਿਊਟ ਔਰ ਬਹੁਤ ਸਾਰੇ ਸਿਆਸੀ ਲੀਡਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਸੀਂ ਬਹੁਤ ਸਾਰੇ ਗੁਰ ਜਿਹੜੇ ਨੇ ਉਹ ਸਿੱਖੇ ਨੇ, ਵੱਖ ਵੱਖ ਸਿਆਸੀ ਪਾਰਟੀਆਂ ਪਹੁੰਚ ਰਹੀਆਂ, ਪਰਮਜੀਤ ਸਿੰਘ ਸਰਨਾ ਹੋਰੀ ਪਹੁੰਚੇ ਨੇ, ਇਹਨਾਂ ਨਾਲ ਵੀ ਗੱਲਬਾਤ ਕਰ ਲੈਂ। ਸਰ, ਸਭ ਸਿਆਸਤ ਦਾ ਇੱਕ ਯੁੱਗ ਦਾ ਅੰਤ ਹੋ ਗਿਆ, ਐਮਰਜੈਂਸੀ ਦੇ ਦੌਰ, ਜੇਲ੍ਹਾਂ ਭਰੀਆਂ, ਇੰਦਰਾ ਗਾਂਧੀ ਦਾ ਦੌਰ, ਉਸ ਵੇਲੇ ਕੜੀ ਆਲੋਚਨਾ ਤੁਸੀਂ ਨਾਲ ਹੁੰਦੇ ਸੀਗੇ, ਉਸ ਵੇਲੇ ਕੀਤੀ ਜਾਂਦੀ ਸੀ, ਕਿਸ ਤਰੀਕੇ ਨਾਲ ਤੁਹਾਡਾ ਕੋਈ ਐਮਰਜੈਂਸੀ ਦੇ ਦੌਰ ਦਾ ਕਿੱਸਾ ਜਾਂ ਤੁਹਾਡਾ ਜਿਹੜਾ ਉਸ ਵੇਲੇ ਦਾ? ਦੇਖੋ ਜੀ, ਗੱਲ ਹੈਗੀ ਐਮਰਜੈਂਸੀ ਦੇ ਅਗੇਂਸਟ ਮੋਰਚਾ ਲਾਉਣ ਦਾ ਫੈਸਲਾ ਤਾਂ ਇਕੱਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸੀ। ਅਕਾਲੀ ਲੀਡਰਸ਼ਿਪ ਡਿਵਾਈਡਿਡ ਸੀ, ਪਰ ਇਹਨਾਂ ਦਾ ਇਤਨਾ ਰੋਹ ਸੀ ਕਿ ਇਹਨਾਂ ਨੇ ਆਪਣੀ ਦਲੀਲ ਨਾਲ ਐਮਰਜੈਂਸੀ ਦੇ ਅਗੇਂਸਟ ਮੋਰਚਾ ਲਾਇਆ ਔਰ ਫਤਿਹ ਹਾਸਲ ਕੀਤੀ। ਤਾਂ ਅਜਿਹੀ ਇੱਕ ਯੁੱਗ ਦਾ ਜਦੋਂ ਅੰਤ ਹੁੰਦਾ, ਕਿੰਨਾ ਅਕਾਲੀ ਦਲ ਦੇ ਲਈ ਵੱਡਾ ਘਾਟਾ ਜਿਹੜਾ ਉਹ ਨਜ਼ਰ ਆਉਂਦਾ ਤੁਹਾਨੂੰ ਲੱਗਦਾ, ਕਿ ਉਹ ਜਿਸ ਤਰੀਕੇ ਨਾਲ ਉਹਨਾਂ ਦੀ ਰਾਜਨੀਤੀ ਰਹੀ ਹੈ, ਵਿਰੋਧੀਆਂ ਨੂੰ ਵੀ ਆਪਣਾ ਮੁਰੀਦ ਬਣਾ ਲੈਣਾ, ਉਹ ਇੱਕ ਵੱਡਾ ਅਕਾਲੀ ਦਲ ਨੂੰ ਨੁਕਸਾਨ ਹੋਏਗਾ? ਦੇਖੋ, ਗੱਲ ਸੁਣੋ, ਨੁਕਸਾਨ ਤਾਂ ਹੈ ਹੀ ਹੈ, ਪਰ ਇਸ ਕੌਮ ਵਿੱਚ ਨੁਕਸਾਨ ਹੁੰਦੇ ਹਨ, ਭਰਵਾਈ ਹੁੰਦੀ ਹੈਗੀ, ਭਰਵਾਈ ਗੁਰੂ ਮਹਾਰਾਜ ਕਰੇਗਾ ਜ਼ਰੂਰ। ਤੁਹਾਡਾ ਵਿਚਾਰ ਵੱਖੋ ਵੱਖਰੇ ਇੱਕ ਦੂਸਰੇ ਦੇ ਖਿਲਾਫ ਚੋਣਾਂ ਵਿੱਚ, ਦਿੱਲੀ ਦੀਆਂ ਚੋਣਾਂ ਦੇ ਵਿੱਚ ਕਾਫੀ ਐਕਟਿਵ ਵੀ ਨਜ਼ਰ ਆਏ ਔਰ ਬਾਅਦ ਵਿੱਚ ਇਕੱਠੇ ਵੀ ਹੋਏ? ਦੇਖੋ, ਗੱਲ ਹੈਗੀ ਇਤਨੇ ਲੰਮੇ ਸਮੇਂ ਦੇ ਵਿੱਚ ਨਾ ਵਿਚਾਰਾਂ ਦੀ ਵੱਖ ਹੋਣਾ, ਉਣਜਾਣਾ ਮਾਮੂਲੀ ਗੱਲ ਹੈ, ਪਰ ਗੱਲ ਹੈਗੀ ਜਿਹੜੀ ਉਸਦੀ ਪਰਸਨੈਲਿਟੀ ਸੀ ਉਹ ਇੱਕ ਬਹੁਤ ਬਾਖੂਬੀ ਸੀ। ਸਾਡਾ ਦਿੱਲੀ ਝਗੜਾ ਪੈ ਗਿਆ, ਮੇਰਾ ਤਾਂ ਇੱਥੇ ਤਾਂ ਝਗੜਾ ਸੀ, ਚਲੋ ਸਾਡਾ ਸਮਝੌਤਾ ਆਇਆ, ਮੈਨੂੰ ਕਹਿਣਾ ਕਿ ਕੱਲ੍ਹ ਤੂੰ ਮੇਰੇ ਨਾਲ ਆਨੰਦਪੁਰ ਸਾਹਿਬ ਜਾਣਾ ਹੈ। ਮੈਂ ਚਲਾ ਗਿਆ, ਰਾਤੀ 12 ਵਜੇ ਉਸ ਸ਼ਖਸ ਨੇ ਉੱਤਰ ਕੇ, ਚੀਫ ਮਿਨਿਸਟਰ ਦੇ ਹੁੰਦਿਆਂ ਹੋਇਆ ਪਹਿਲੇ ਮੈਨੂੰ ਸੌਣ ਦੀ ਜਗ੍ਹਾ ਦਿੱਤੀ ਹੈ ਅਤੇ ਫਿਰ ਆਪ ਸੌਣ ਗਏ। ਇਹ ਕਿਸੇ ਵਿੱਚ ਇਹ ਕੁਆਲਿਟੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਔਰ ਇਸੇ ਵਜ੍ਹਾ ਕਰਕੇ ਸਿਆਸੀ ਪਾਰਟੀਆਂ, ਚਾਹੇ ਵਿਰੋਧੀ ਪਾਰਟੀਆਂ ਹੋਣ, ਚਾਹੇ ਕੋਈ ਵੀ, ਚਾਹੇ ਕੱਲ੍ਹ ਅਸੀਂ ਦੇਖਿਆ ਚਰਨਜੀਤ ਸਿੰਘ ਚੰਨੀ ਪਹੁੰਚੇ, ਸਾਬਕਾ CM ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਨੇ ਕਿਹਾ ਮੈਨੂੰ ਨਿੱਜੀ ਤੌਰ 'ਤੇ ਘਾਟਾ ਪਿਆ, ਭਾਜਪਾ ਦੇ ਨਾਲ ਅਲਾਇੰਸ ਜ਼ਰੂਰ ਟੁੱਟ ਗਿਆ, ਲੇਕਿਨ ਜਿਸ ਤਰੀਕੇ ਦੇ ਨਾਲ
कल प्रधानमंत्री पहुंचे और वक्ो वक् शख्सियत जो पहुंचिया वो हर कोई नम कर रही सी, हर कोई श्रद्धांजलि जो अर्पित कर रही सी। तस्वीर असं इस वे बादल पिंड दियाँ दिखा रहे हैं कि किस तरीके का माहौल है। अज जे पी नड्डा होर ने आना है, अज कई तमाम सियासी लीडर ने इतने पहुँचना है अंतिम दर्शनों के लिए और 12 बजे तक, 12:30 बजे तक तकरीबन अंतिम दर्शन जोड़े ने वो सरदार प्रकाश सिंह बादल होर मृतक देह के जोड़े ने वो किए जाएंगे और उस तो बाद उन्होंने जोड़ा अपना खेत है, जोड़ा अपना बाग है, उत्थे संस्कार जोड़ा वै वो सरदार प्रकाश सिंह बादल होर किया जाएगा। पिंड के जोड़े लोग ने वो कल तो ही गमहीन ने क्योंकि जिस तरीके टिब्बिया का इलाका कहा जाता सी बादल पिंड नू, बादल खान होर ने ये पिंड जोड़ा वसाया सीगा और उस तो बाद सरदार प्रकाश सिंह बादल होर के परिवार ने इत्थे आके होली बनाई। इत्थों पहला सरपंची की चोन लड़े, उस तो बाद पहली बार विधायक यंगेस्ट विधायक जोड़े ने वो इत्थों ही बने और उस तो बाद जिस तरीके पंजाब की सियासत दे विच एक वड्डा रुतबा हासिल जोड़ा किया वो हर किसी जोड़ा वै वो दर्शाता है कि किस तरीके सियासत रही, किस तरीके पंजाब दियां इलैक्शन होवे, अमरजेंसी का दौर होवे, जेलां भरन का दौर होवे। हालांकि कई थावां दे उत्ते आलोचना भी हुई, किसानी अंदोलन दे विच आलोचना हुई, तीन खेती कानूनों दे विच कानूनों नूं लैके आलोचना की गई और उस वजह करके अलायंस भी टुटिया और उस वजह करके जिहड़ा पदम विभूषण सरदार प्रकाश सिंह बादल होरां नूं मिलिया सी उह उन्हां वल्लों वापस कर दिता गया। तां तस्वीर इस वेले उस हवेली दी दिखा रहे हां जिहड़ी हवेली सरदार प्रकाश सिंह बादल होरां दी सियासत, सरदार प्रकाश सिंह बादल होरां दा जिहड़ा संगत दर्शन किए जाते जिस तरीके मिलते जिस तरीके का उन्हां दा रुतबा रहा वै वो हर किसी नूं अज याद आ रहा, हर कोई अपने अपने यादां जिहड़ियां वो समेट के बैठा है जिहड़े सरदार प्रकाश सिंह बादल होरां नाल, क्योंकि चाहे 5 बार दे सीएम रहे होण बावजूद उसके अगर कोई स्कूल का काम है, कोई सरपंची का काम है, कोई सड़क बनवानी है, वह भी लोग जिहड़े ने उन्हां नूं उसे तरीके दे नाल विचरदे सी, उसे तरीके दे नाल मिलदे सी और उसे पद्धर ते काम भी जिहड़े ने वह किए जाते सी और इसे वजह करके सरदार प्रकाश सिंह बादल होरां नूं हर कोई अज नम अखा दे नाल याद कर रहा, चेता कर रहा, उन्हां दे नाल विताए पलां नूं याद कर रहा, काका जी कह के और श्रद्धा के फुल भेंट किए जा रहे हैं, आखिरी अंतिम दर्शन किए जा रहे हैं सरदार बादल दे, सारा परिवार मौजूद है, बहुत वड्डी गिनती च लोग पहुँच रहे हैं। 2 घंटे का समा रख्या गया है अंतिम दर्शन के लिए, जिहड़े पिंड दे लोग ने, जिहड़े होर नेड़ले लोग ने, जिहड़े इत्थे पहुँच सकते हैं। कल चंडीगढ़ दे विच भी पार्टी दफ्तर च मृतक दे रखी गई सी, उत्थे भी वड्डी गिनती च आके सियासी आगुआं ने, आम लोगों ने शिरकत की और उत्थे भी अंतिम दर्शन किए गए। तो हुण पिंड बादल है जिथे इस वेले अंतिम दर्शन कराए जा रहे हैं और 1 बजे का समा रखा गया है, संस्कार किया जाना है। तो बेहद ही भावुक करन वालियां तस्वीरां सामने आ रही ने, गमगीन माहौल है। 95-96 साल की उम्र च बेशक देहांत तो होया पर दुख उन्ना ही वड्डा हुंदा है पिता की मौत का। मैं कह सकता कि एक एहोजिहा वड्डा दिन है, इतिहासिक दिन है, जो एक बहुत वड्डा स्टालवार्ट, एक नैशनल पद्धर का स्टेट्समैन और इस धरती का पुत्र जिहड़ा वो पंजाब ने खोड़िया। सो बड़ा भावुक है क्योंकि सफर बादल साहब का बहुत वड्डा, बहुत नम्रता भरपूर है, बड़ा हार्डवर्किंग कैरियर रहा और इस सफर के दौरान करोड़ों लोगों की उन्होंने जिंदगी सवारन दे विच किसी ना किसी रूप दे विच कोई ना कोई योगदान पाया। अज कौन कौन पहुंच रहे, जेपी नड्डा की जानकारी मिली है, आके पता लगेगा। नड्डा साहब का भी है उधर, उमर अब्दुल्ला जी का, क्योंकि रती फलूक अब्दुल्ला जी का टेलीफोन परिवार को आ रहा है कि उम्र के करके वो आप इन्नी जल्दी नहीं पहुँच सकते, उन्होंने बेटा सबका मुख्यमंत्री वो पहुँच रहे हैं। होर भी बहुत सारिया शख्सियतों के DMK के मुख्यमंत्री स्टालिन साहब की तरफों एक डेलीगेशन आती 11 बजे एक मैंबर पार्लीमेंट की अगवाई दे विच वो भी श्रद्धा भेट करके गए। कल हरियाणे के मुख्यमंत्री साहब हैड ऑफिस ही आ गए, गवर्नर साहब भी उत्थे आए। अज भी बड़ी वड्डी धार्मिक शख्सियत भी बहुत आनगियां, राजनीतिक शख्सियत भी बहुत आनगियां,
ਕਿਉਂਕਿ ਸਾਰੇ ਤਾਂ ਇਨਫਾਰਮ ਕਰਕੇ ਵੀ ਨਹੀਂ ਆਉਂਦੇ। ਤੁਹਾਡੇ ਨਾਲ ਆਖਰੀ ਬੋਲ ਕੀ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ? ਦੇਖੋ ਬਾਦਲ ਸਾਹਿਬ ਦੇ ਆਖਰੀ ਬੋਲ ਵੀ ਪਹਿਲੇ ਬੋਲ ਵੀ ਉਹਨਾਂ ਦੇ ਇੱਕੋ ਹੀ ਹੁੰਦੇ ਸੀ ਵੀ ਕਾਕਾ ਮਿਹਨਤ ਕਰੋ, ਲੋਕਾਂ ਦਾ ਕੰਮ ਕਰੋ, ਲੋਕਾਂ ਦੀ ਸੇਵਾ ਕਰੋ, ਜੇ ਰਾਜਨੀਤੀ 'ਚ ਆਏ ਹੋ ਤਾਂ ਫਿਰ ਨਮਰਤਾ ਦੇ ਨਾਲ ਸਾਰਿਆਂ ਦੇ ਨਾਲ ਇਨਸਾਫ ਕਰੋ, ਕਿਉਂਕਿ ਇਹ ਟਿੱਬਿਆਂ ਦਾ ਕਈ ਗੁਰਮੰਤਰ ਸੀ ਜਿਹੜਾ ਸਾਰਿਆਂ ਨੂੰ ਹੀ ਆਪਣੇ ਤੋਂ ਛੋਟਿਆਂ ਨੂੰ ਵੱਡਿਆਂ ਨੂੰ ਸਾਰਿਆਂ ਨੂੰ ਉਹ ਦਿੰਦੇ ਰਹਿੰਦੇ ਸੀ ਵੀ ਲਗਾਤਾਰ ਮਿਹਨਤ ਕਰੋ, ਜੇ ਕਿਸੇ ਵੇਲੇ ਕਾਮਯਾਬੀ ਨਹੀਂ ਮਿਲਦੀ ਫਿਰ ਮਿਹਨਤ ਕਰੋ, ਨਮਰਤਾ ਨਾਲ ਸਾਰਿਆਂ ਨਾਲ ਇਨਸਾਫ ਕਰੋ, ਸਾਰਿਆਂ ਦੇ ਧਰਮਾਂ ਦਾ ਸਤਿਕਾਰ ਕਰੋ, ਸਾਂਝੀਵਾਲਤਾ ਨੂੰ ਕਾਇਮ ਕਰਕੇ ਰੱਖੋ। ਪੰਜਾਬ ਨੂੰ ਸਾਂਝੀਵਾਲਤਾ ਤੋਂ ਬਿਨਾਂ ਅੱਗੇ ਨਹੀਂ ਚੱਲ ਸਕਦਾ, ਇਸ ਕਰਕੇ ਇਹ ਗੁਰਮੰਤਰ ਉਹਨਾਂ ਦਾ ਸਾਰੀ ਜ਼ਿੰਦਗੀ ਦਾ ਹੀ ਹੈ। ਪਹਿਲਾਂ ਵੀ ਹੈ ਟਿੱਬਿਆਂ ਦਾ ਪਿੰਡ ਇਸ ਇਲਾਕੇ ਨੂੰ ਕਿਹਾ ਜਾਂਦਾ ਸੀ ਔਰ ਇਸਨੇ ਸੱਤਾ ਵੀ ਦੇਖੀ, ਸਾਰੀ ਸਰਕਾਰ ਇਸ ਪਿੰਡ ਦੇ ਆਲੇ ਦੁਆਲੇ ਘੁੰਮਦੀ ਸੀ ਔਰ ਉਹ ਜ਼ਿਆਦਾਤਰ ਇੱਥੇ ਰਹਿਣਾ ਪਸੰਦ ਕਰਦੇ। ਇਹ ਉਹਨਾਂ ਦੀ ਕੁਦਰਤੀ ਗੱਲ ਹੈ ਕਿ ਉਹਨਾਂ ਦਾ ਸੁਭਾਅ ਵੀ ਉਹਦੇ 'ਚ ਜਿਹੜਾ ਪੇਂਡੂ ਕਲਚਰ ਦੇ ਨਾਲ ਘੁੜਿਆ ਮਿਲਿਆ ਉਹਨਾਂ ਦਾ ਆਪਣਾ ਸੁਭਾਅ ਸੀ, ਕਿਸਾਨੀ ਦੇ ਨਾਲ ਧੁਰ ਅੰਦਰੋਂ ਜੁੜੇ ਹੋਏ ਸੀ, ਇਸ ਕਰਕੇ ਪਿੰਡਾਂ ਦੇ ਲੋਕਾਂ ਨਾਲ 24 ਘੰਟੇ ਇਹਨਾਂ ਲੋਕਾਂ ਵਾਸਤੇ ਅਤੇ ਬਾਹਰ ਤੋਂ ਬਹੁਤ ਵੱਡੇ ਨੈਸ਼ਨਲ ਸਟੇਚਰ ਦੇ ਲੀਡਰ ਸੀ, ਇਹਨਾਂ ਲੋਕਾਂ ਨੂੰ ਤਾਂ ਮੌਤ ਸੀ, ਜਿੱਥੇ ਮਰਜ਼ੀ ਰੋਕ ਲੈਂਦੇ ਸੀ, ਬਹੁਤ ਇਹਨਾਂ ਦੀ ਅਪਣੱਤ ਸੀ, ਬੜੀ ਸਾਂਝ ਸੀ, ਹਰ ਇੱਕ ਨੂੰ ਉਹ ਬਾਈ ਨੇਮ ਜਾਣਦੇ ਸੀ। ਇੱਥੇ ਦੇ ਲੋਕਾਂ ਨਾਲ 4-4 ਪੀੜ੍ਹੀਆਂ ਦੀ ਸਾਂਝ ਆ, ਉਹਨਾਂ ਛੋਟੇ ਨੂੰ ਵੀ ਜਾਣਦੇ ਆ, ਦਾਦੇ ਨੂੰ ਉਹਦੇ ਅੱਗੋਂ ਬਾਪ ਤੱਕ ਵੀ ਪੜਦਾਦੇ ਤੱਕ ਵੀ ਜਾਣਦੇ ਸੀ, ਇਸ ਕਰਕੇ ਬਹੁਤ ਗੂੜੇ ਸਬੰਧ। ਡਾਕਟਰ ਦਲਜੀਤ ਚੀਮਾ, ਵੱਖ ਵੱਖ ਸ਼ਖਸੀਅਤਾਂ ਜਿਹੜੀਆਂ ਪਹੁੰਚ ਰਹੀਆਂ, ਤਸਵੀਰਾਂ ਅਸੀਂ ਲਗਾਤਾਰ ਇਸ ਵੇਲੇ ਦਿਖਾ ਰਹੇ ਹਾਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜੱਦੀ ਪਿੰਡ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਔਰ ਅੰਤਿਮ ਦਰਸ਼ਨ ਕੀਤੇ ਜਾ ਰਹੇ ਨੇ। ਸੀਐਮ ਭਗਵੰਤ ਮਾਨ ਦੇ ਸਮੇਤ ਜੇਪੀ ਨੱਡਾ, ਕੌਮੀ ਪ੍ਰਧਾਨ ਬੀਜੇਪੀ ਦੇ, ਇਸ ਤੋਂ ਇਲਾਵਾ ਹੋਰ ਵੱਖੋ ਵੱਖ ਧਾਰਮਿਕ ਜਿਹੜੇ ਕਈ ਆਗੂ ਨੇ ਉਹ ਵੀ ਪਹੁੰਚਣਗੇ, ਇਸ ਕਿਸਮ ਦੀ ਜਾਣਕਾਰੀ ਆ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਹੋਰ ਸ਼ਖਸੀਅਤਾਂ ਬਿਨਾਂ ਜਾਣਕਾਰੀ ਦਿੱਤੇ ਵੀ ਪਹੁੰਚ ਸਕਦੀਆਂ ਨੇ, ਤਾਂ ਉਸਨੂੰ ਲੈ ਕੇ ਵੀ ਹਰ ਕਿਸਮ ਦੇ ਪੁਖਤਾ ਇੰਤਜ਼ਾਮ ਵੀ ਕੀਤੇ ਹੋਏ ਨੇ। VVIPs ਆਉਣੇ ਨੇ, ਇਸ ਨੂੰ ਲੈ ਕੇ ਸੁਰੱਖਿਆ ਦੇ ਲਿਹਾਜ਼ ਨਾਲ ਇੰਤਜ਼ਾਮ ਕੀਤੇ ਨੇ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਸਵੀਰਾਂ 'ਚ ਨਜ਼ਰ ਆਏ ਨੇ, ਪਹੁੰਚ ਚੁੱਕੇ ਨੇ ਇਸ ਵੇਲੇ ਔਰ ਬਿਲਕੁਲ ਪ੍ਰਕਾਸ਼ ਸਿੰਘ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਦੇ ਨਾਲ ਹੇਠਾਂ ਜਿਹੜੇ ਬੈਠ ਗਏ ਨੇ, ਹੇਠਾਂ ਬੈਠੇ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਉਹ ਵੀ ਪਹੁੰਚੇ ਨੇ, ਉਹਨਾਂ ਦੇ ਵੱਲੋਂ ਵੀ ਆ ਕੇ ਅੰਤਿਮ ਦਰਸ਼ਨ ਕੀਤੇ ਜਾ ਰਹੇ ਨੇ। ਉਹਨਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ ਹੈ, ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਨੇ। ਸਾਰਾ ਪਰਿਵਾਰ ਭਾਵੁਕ ਹੈ, ਗਮਗੀਨ ਮਾਹੌਲ ਹੈ, ਤਾਂ ਇਸ ਵੇਲੇ ਇਹ ਤਸਵੀਰਾਂ ਵੇਖ ਰਹੇ ਹੋ। ਸਰਦਾਰ ਬਾਦਲ, ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮਿਲ ਕੇ ਦੁੱਖ ਵੰਡਾਇਆ ਜਾ ਰਿਹਾ ਹੈ। ਇਸ ਦੁੱਖ ਦੀ ਘੜੀ ਦੇ ਵਿੱਚ ਆ ਕੇ ਹਾਜ਼ਰੀ ਜਿਹੜੀ ਹੈ, ਹਰ ਕੋਈ ਚਾਹੁੰਦਾ ਹੈ, ਉਹਨਾਂ ਦਾ ਜਾਣਨ ਵਾਲਾ, ਉਹਨਾਂ ਦਾ ਚਾਹੁਣ ਵਾਲਾ, ਉਹਨਾਂ ਦੇ ਨਾਲ ਕਦੇ ਕੰਮ ਕੀਤਾ, ਉਹਨਾਂ ਦੇ ਨਾਲ ਕਦੇ ਕਿਸੇ ਵੀ ਸਮੇਂ ਮਿਲਿਆ ਜਾਂ ਫਿਰ ਬੇਸ਼ੱਕ ਨਾ ਵੀ ਮਿਲਿਆ, ਤਾਂ ਉਹ ਵੀ ਲੋਕ ਪਹੁੰਚ ਰਹੇ ਨੇ। ਉਹਨਾਂ ਨੂੰ ਵੀ ਲੱਗਦਾ ਹੈ ਕਿ ਜਾ ਕੇ ਅੰਤਿਮ ਸਮੇਂ ਦੇ ਵਿੱਚ ਉਹਨਾਂ ਦੇ ਦਰਸ਼ਨ ਕੀਤੇ ਜਾਣ, ਤਾਂ ਤਸਵੀਰਾਂ ਦਿਖਾ ਰਹੇ ਹਾਂ, ਤਸਵੀਰਾਂ ਸਿੱਧੀਆਂ ਨੇ ਇਸ ਵੇਲੇ ਘਰ ਤੋਂ, ਸਰਦਾਰ ਬਾਦਲ ਦੇ ਘਰ ਤੋਂ ਸਿੱਧੀਆਂ ਤਸਵੀਰਾਂ ਨੇ। ਉਹਨਾਂ ਦੇ ਪੁੱਤਰ ਅਨੰਤਪੀਰ ਨੇ, ਸੁਖਬੀਰ ਬਾਦਲ ਉਹਨਾਂ ਦੇ ਸਾਰਾ ਪਰਿਵਾਰ ਹੈ ਔਰ ਇਸ ਤੋਂ ਇਲਾਵਾ ਬਹੁਤ ਸਾਰੇ ਲੋਕ, ਅਜਿਹੇ ਲੋਕ ਜਿਹੜੇ ਪਿੰਡ ਦੇ ਨੇ ਉਹ ਵੀ ਪਹੁੰਚੇ ਹੋਏ ਨੇ, ਬਹੁਤ ਵੱਡੀ ਤਾਦਾਦ ਹੈ। ਹਰ ਕਿਸਮ ਦਾ ਪ੍ਰਬੰਧ ਵੀ ਕੀਤਾ ਹੋਇਆ, ਸੰਸਕਾਰ ਵੀ ਜਿਹੜਾ ਹੈ ਉਹਨਾਂ ਦੇ ਖੇਤਾਂ ਵਿੱਚ ਹੀ ਕੀਤਾ ਜਾਏਗਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵੱਲੋਂ ਖੁਦ ਉਹ ਉਸ ਥਾਂ 'ਤੇ ਖੇਤੀ ਕੀਤੀ ਜਾਂਦੀ ਰਹੀ ਹੈ, ਕਰਵਾਈ ਜਾਂਦੀ ਰਹੀ ਹੈ, ਖੁਦ ਮੁਆਇਨਾ ਕਰਦੇ ਰਹੇ। ਉਹ ਪਹੁੰਚੇ ਨੇ ਅੰਤਿਮ ਦਰਸ਼ਨਾਂ ਦੇ ਲਈ, ਸ਼ਰਧਾਂਜਲੀ ਅਰਪਿਤ ਕਰਨ ਦੇ ਲਈ। ਇਸ ਤੋਂ ਇਲਾਵਾ ਬੁੱਢਾ ਦਲ ਦੇ ਜਿਹੜੇ ਮੁਖੀ ਨੇ ਉਹ ਪਹੁੰਚੇ ਨੇ, ਵੱਖ ਵੱਖ ਸ਼ਖਸੀਅਤਾਂ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਨੇ ਅੰਤਿਮ ਦਰਸ਼ਨਾਂ ਦੇ ਲਈ, ਤਾਂ ਤਸਵੀਰਾਂ ਇਸ ਵੇਲੇ ਦਿਖਾ ਰਹੇ ਹਾਂ। ਇਸ ਟਰੈਕਟਰ ਦੇ ਉੱਤੇ, ਹਰੇ ਰੰਗ ਦੇ ਟਰੈਕਟਰ ਦੇ ਉੱਤੇ ਅੰਤਿਮ ਯਾਤਰਾ ਜਿਹੜੀ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਕੱਢੀ ਜਾਏਗੀ ਔਰ ਵੱਖ ਵੱਖ ਸ਼ਖਸੀਅਤਾਂ ਜਿਹੜੀਆਂ ਨੇ, ਚਾਹੇ ਸਿਆਸੀ ਤੌਰ 'ਤੇ ਹੋਣ ਚਾਹੇ ਧਾਰਮਿਕ ਤੌਰ ਦੇ ਉੱਤੇ ਹੋਣ, ਉਹ ਸ਼ਖਸੀਅਤਾਂ ਜਿਹੜੀਆਂ ਨੇ ਉਹ ਪਹੁੰਚ ਰਹੀਆਂ ਨੇ। ਔਰ ਜਾਣਕਾਰੀ ਇਹ ਵੀ ਮਿਲੀ ਹੈ ਕਿ ਥੋੜ੍ਹੀ ਦੇਰ 'ਚ ਡੇਰਾ ਬਿਆਸ ਦੇ ਵੱਲੋਂ ਵੀ ਚਿੱਠੀ ਲੈ ਕੇ ਜਿਹੜੀ ਹੈ ਉਹ ਜਿਹੜੀ ਉਹ ਆਈ ਆਵੇਗੀ, ਇਹ ਵੀ ਜਾਣਕਾਰੀ ਜਿਹੜੀ ਉਹ ਮਿਲੀ ਹੈ। ਹਾਲਾਂਕਿ ਡੇਰਾ ਬਿਆਸ ਮੁਖੀ ਖੁਦ ਨਹੀਂ ਪਹੁੰਚ ਰਹੇ, ਲੇਕਿਨ ਉਹਨਾਂ ਦੇ ਵੱਲੋਂ ਇੱਕ ਸ਼ੋਕ ਸੁਨੇਹਾ ਜਿਹੜਾ ਵੈ ਉਹ ਪਹੁੰਚ ਰਿਹਾ ਵੈ। ਔਰ ਇਸ ਤੋਂ ਇਲਾਵਾ ਸ਼੍ਰੀ ਖਾਲਸਾ ਸਾਹਿਬ ਦੇ ਜਥੇਦਾਰ ਥੋੜ੍ਹੀ ਦੇਰ ਪਹਿਲਾਂ ਉਹ ਪਹੁੰਚੇ ਨੇ ਸ਼ਰਧਾਂਜਲੀ ਦੇਣ ਦੇ ਲਈ।
और अंतिम दर्शन जिहड़े ने सरदार प्रकाश सिंह बादल होरां दे इस वेले तमाम सियासी पार्टियां तमाम धार्मिक आगू जिहड़े ने वो कर रहे ने। थोड़ी देर च जेपी नड्डा जिहड़े ने वो पहुंचणगे और तरुण चुग जिहड़े ने वो पहुंचणगे। तां इत्थों दे लोकल लोग जिहड़े ने जिन्हां दी वजह करके जिहड़ा वै चंडीगढ़ दे विच सरदार प्रकाश सिंह बादल होरी पहुंचे, पंज वार विधानसभा पहुंचे, पंज वार सीएम बने और कई बार विधानसभा जिहड़े ने वो पहुंचे ने, तां वो बड़ियां नम अखां दे नाल उन्हां नूं श्रद्धांजलि अर्पित कर रहे ने, याद कर रहे ने कि जदों असीं चंडीगढ़ जाईदा सीगा और नाम लईदा सीगा कि बादल पिंड तों आ, तां बड़े फखर दे नाल साढ़े काम मोहरी तौर दे उत्ते कीते जांदे सीगे। और ये तस्वीरां जिहड़े लोग ने वो काफ़ी ज़्यादा भावुक होंदे हुए नज़र आए ने। कल तो ही असीं देख रहे हैं जदों दा उन्हां दा मृतक देह सरदार प्रकाश सिंह बादल होरां दा इत्थे पहुंचे, तां हर कोई नम अखां दे नाल उन्हां नूं याद कर रहा, हर किसी दे कोल अपने सियासी किस्से ने, हर कोई उन्हां नूं श्रद्धांजलि अर्पित कर रहा। कोई कहिंदा है कि मेरे फादर उन्हां दे नाल पढ़ते सी, कोई कह रहा मेरे दादा जी उन्हां नाल पढ़ते सी। वक्खो वक्ख जिहड़े लोग ने वो अपनी अपनी कहानियां बयान कर रहे ने। और सरदार प्रकाश सिंह बादल हुण इस दुनिया दे विच नहीं रहे, तां उन्हां नूं हर कोई सजदा कर रहा, हर कोई श्रद्धांजलि अर्पित जिहड़ा वो बादल पिंड दे विच उन्हां दे वल्लों कीती जा रही है। तस्वीरां असीं लगातार दिखा रहे हैं कि किस तरीके दे नाल इत्थे वक्खो वक्ख सियासी लीडर पहुंचे ने, क्योंकि ये वो हवेली है जिथे पंजाब की सियासत की चर्चा हुंदी सी। एमरजेंसी के दौरान किस तरीके दे नाल जेलां दे विच सरदार प्रकाश सिंह बादल होरी रहे, दाश के पास दी जिहड़ी जोड़ी सी वो इसे हवेली तो पंजाब की सियासत नूं चलांदे सी, क्योंकि बहुत सारे वड्डे वड्डे जिहड़े पॉलिटिशियन ने और बहुत सारे वड्डे वड्डे जिहड़े आईएएस ऑफिसर ने वो इत्थे आके जिहड़े है सरदार प्रकाश सिंह बादल होरां नूं मिलते रहे, क्योंकि सरदार प्रकाश सिंह बादल चंडीगढ़ नालों ज़्यादा इस अपने पिंड दे विच जद्दी पिंड दे विच रहना पसंद करते सी, इत्थे लोकां नाल विचरना पसंद करते सी और इत्थों ही संगत दर्शन जिहड़े ने वो वक्ख वक्ख थावां ते वक्ख वक्ख खास तौर ते पिंडां दे विच जाके सरदार प्रकाश सिंह बादल होरां दे वल्लों कीते जांदे सी जदों एज ए सीएम हुंदे सीगे। और कल जिस तरीके दे नाल चरणजीत सिंह चन्नी जिक्र कर रहे सी, लाल सिंह जिक्र कर रहे सी, जिंदर कौर पठल जिक्र कर रहे सीगे कि विचारिक मतभेद हो सकते हैं लेकिन सियासत के बहुत सारे गुर जिहड़े ने उन्हां दे कोलों सिखे ने और उन्हां दे कोलों जिहड़े ने वख वख जिहड़े ने सियासी गुर उन्हां दे कोलों सिखे ने और बहुत सारे सियासी लीडरां दा करियर भी उन्हां वल्लों बनाया गया। और इस वेले तमाम जिहड़ियां शख्सियतां ने वो इत्थे पहुँच रही ने सरदार प्रकाश सिंह बादल होरां नूं सजदा करन। सरदार प्रकाश सिंह बादल अमर रहें इस तरीके दे स्लोगन भी दिते गए, इस तरीके नाल लोग कहिंदे हुए भी जिहड़े ने नज़र आए ने जदों उन्हां नूं सजदा करन दे लई उन्हां दे जद्दी पिंड जिहड़े ने वो पहुँच रहे ने। तस्वीरां असीं लगातार विखा रहे हैं, इस तरीके नाल इलाके दे लोग वड्डी गिणती दे विच सरदार प्रकाश सिंह बादल दे अंतिम दर्शनां दे लई पहुंचे ने। परिवार दीआं बेहद ही भावुक कर देण वालीआं तस्वीरां ने, पूरे इलाके दे विच गमगीन माहौल है। जिस तरीके पंकज लोकां नाल गलबात कर रहे सी, किसे दा पिता सरदार प्रकाश सिंह बादल दे नाल पढ़िया, किसे दे दादा जी उन्हां दे नाल पढ़े, ते इस इलाके दे हर शख्स नूं जो असीं देख रहे और उन्हां ओह अपने आप अंदर एक इंस्टीट्यूशन सी, एक योगदान होया और जिन्ना कु उन्हां सानूं सब नूं प्यार दित्ता है, अज असीं जो कुछ भी हाँ वो सरदार प्रकाश सिंह बादल जी दी करके ही हाँ, उन्हां दी सोच और उन्हां तों दिखाए हुए रस्ते करके। बिल्कुल लैके आए जी, लैके नहीं आए, उन्होंने सानू प्रमोट भी किया और मैं दस्सिया कि जो तुमने पचाया उन्हां दा कोई मुकाबला नहीं कर सकता, उन्हां दा कोई सानी नहीं हो सकता। देखो सरदार प्रकाश सिंह बादल तो वो हर चीज़ सीखने वाली सी, भावें टाइम की मैनेजमेंट हो, भावें अपनी कौम की गल करन दी गल होवे, भावें सूबे की गल करन दी गल होवे और भावें अपनी सेहत की गल होवे, सरदार प्रकाश सिंह बादल को बहुत कुछ असीं सीखिया है। और मैं कहूँ कि जो कुछ भी सीखिया है और कोई भी उन्होंने अगर जीवन से झाती मारे तो अपने आप को बहुत ही सुभाग्य समझदा कि उन्होंने खाए रस्ते दे उगर कोई चल सके, क्योंकि उन्होंने केवल अपने वास्ते नहीं, ये बहुत लोग ठीक है जिन्होंने कोई राजनीति हुंदा उहदे ते बहुत माड़ी चंगी गल्लां भी उत्ते लाई जांदियां ने, लेकिन असीं सारे जाणदे हाँ
कि सरदार प्रकाश सिंह बादल ने जो दर्द से ना वो देश के अंदर किसी नेता च नहीं सीगा, उन्होंने मन के अंदर सच्ची अपने सूबे के प्रति भावना सी और उस भावना के करके ही वो इतों तक पहुंचे ने। नैनसल मंडेला के तौर पर बिल्कुल मैं याद है कि जो प्रधानमंत्री जी उन्होंने यह कहा कि अतिशोती नहीं होगी अगर मैं इनको भारत का नैनसल मंडेला कहूँ, और सच्चाई भी आ। और मैं मानता कि नैनसल मंडेला कुछ गुण हो सकते हैं पर प्रकाश सिंह बादल उन्होंने बहुत ज्यादा सके और उन्होंने को बहुत लंबा समा सू सारे सीखने का मौका मिले और मैंने निजी तौर पर बहुत समा उन्होंने रहने का मौका मिले, इतने भी इंडिया च भी विदेश भी उन्होंने रहने का मौका मिले, दिल्ली च बहुत समा मेरे नाल 2012 की चुनाव तो बाद 12 दिन तक असं कट्ठे रहे और बहुत कुछ मैं उन्होंने उस वे भी सीखा। तो हरमीत सिंह कालका हो रही है, किस तरीके देखते हो अजिही एड्डी वड्डी शख्सियत बाबा बोर्ड के नाम को उन्होंने जानिया जाता? देखो निश्चित तौर कि पंजाब और पंजाबीयत और खास तौर पर मैं समझदा समाज में बहुत वड्डा घाटा पिया बाल साहब के जान का, और उन्होंने कोलों हर मौके के उत्ते हर कदम के उत्ते जिहड़ा सीखण नूं कुछ मिलदा सी उह वाकई एक सियासी गुरु तो अपने बच्चों नूं सिखा सकदा है। और उन्होंने पंजाब दे विच साडे वर्गे कई हज़ारां नूं की मैं कह सकदा लखां बंदियां नूं इह सियासी गुण सिखाए ने, जिस तरीके दे नाल हलीमी नाल उन्होंने सरकारां चलाईयां और अपनी ओपोजिशन च भी रहिंदे होए किसी अपने विरोधी नूं भी मिलना है तो जिस हलीमी दे नाल मिलदे सी उह इक अपने अंदर इक हर एक दे दिल दे विच अपनी अलग छाप छोड़ के जांदे सी। ਸੁਆਜ ਬਾਲ ਸਾਹਿਬ ਦੇ ਜਾਣ ਨਾਲ ਸਮੁੱਚੇ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ। ਸਿਰਸਾ ਇੱਥੇ ਪਹੁੰਚੇ, ਸਜਦਾ ਕਰ ਰਹੇ ਨੇ, ਸ਼ਰਧਾਂਜਲੀ ਕਰ ਰਹੇ ਦੇ ਰਹੇ ਨੇ ਔਰ ਕਹਿ ਰਹੇ ਨੇ ਕਿ ਸਿਆਸੀ ਗੁਰੂ ਦੇ ਤੌਰ ਤੇ ਉੱਤੇ ਦੇਖਿਆ, ਸਿਰਫ ਸਿਆਸਤ ਚ ਲਿਆਈ ਨਹੀਂ ਬਲਕਿ